ਅਸੀਂ ਆ ਤੇ ਗਏ ਆ ਟਰਮੀਨਲ ਤੇ ਅਜੇ ਰਸ਼ ਇਤਨਾ ਜ਼ਿਆਦਾ ਨਹੀਂ ਹੋਇਆ ਸਾਜਰੇ ਆਪਣੇ ਏਅਰ ਹੋਸਟਸ ਆ ਜੀ ਆਪਣੀ ਆਪਣੀ ਮੰਜ਼ਿਲ ਨੂੰ ਜਾਣਗੀਆਂ ਜੀ ਭਾਅ ਜੀ ਵੇਖ ਲਓ ਜੀ ਫੂਡ ਵੀ ਤਿਆਰ ਹੋ ਗਿਆ ਜੀ ਕਿੰਨਾ ਸੋਹਣਾ ਜਿਹਾ ਲੱਗ ਰਿਹਾ ਪਾਰਸਲ ਆਇਆ ਜੀ ਕੋਈ ਸਿਸਟਰ ਨੇ ਖਜੂਰ ਵਾਲੀ ਤੇ ਉਹਨੇ ਖਜੂਰਾਂ ਭੇਜੀਆਂ ਨੇ ਉਠਾ ਦੇਣਾ ਇਹਨਾਂ ਮੇ ਫਲੈਟ ਹੀ ਮਿਸ ਹੋ ਜਾਏਗਾ ਜੀ ਸਾਡੀ ਬਸੰਤੀ ਆਈ ਖਲੋਤੀ ਹੈ ਰੋਡ ਤੇ ਬੋਸ ਕਹਿੰਦਾ ਬਾਹਰ ਹੀ ਕੁਰਸੀ ਡਾਡੀ ਜੀ ਬਹਿਣਾ ਜੀ ਚੱਲਣਾ ਬਹਿ ਜਾ ਧੁੱਪ ਧੁੱਪ ਨਿਕਲੀ ਐਡੀ ਸੋਹਣੀ ਲਵਾ ਲੋ ਥੋੜੀ ਜੀ ਦਿਲ ਤਾਂ ਕਰਨਾ ਵਾ ਪਰ ਮੇਰੀ ਇਹਦੇ ਨਾਲ ਲੱਗਦੀ ਨੀ ਵੈਸੇ ਬੋਲਦਾ ਮੈਨੂੰ ਵੇਖ ਕੇ ਨਹੀਂ ਬੋਲਦਾ ਬੜੀ ਸ਼ੈ ਮਿੱਠੂ ਓਏ ਓਏ ਬਿਹੇਵੀਅਰ ਸੈਲਫ ਬਿਹੇਵੀਅਰ ਸੈਲਫ ਬਿਹੇਵੀਅਰ ਸੈਲਫ ਬਿਹੇਵੀਅਰ ਸੈਲਫ ਬੜੀ ਸ਼ੈ ਦੀ ਮੇਰੇ ਨਾਲ ਲੱਗਦੀ ਜਦੋਂ ਵੀ ਮੈਂ ਇੱਥੇ ਆਉਂਦਾ ਨਾ ਭੱਜਦੇ ਘਰ ਮੈਨੂੰ ਵੱਢਣ ਨੂੰ ਪੈਂਦਾ ਐਵੇਂ ਓਏ ਓਏ ਕਿਹੜਾ ਲੈ ਖਮੇ ਜਾ ਖਮੇ ਖਮੇ ਬਸ ਲੱਗਦਾ ਖਾਲੀ ਏ ਕੱਲੋ ਮੈਂ ਖੋਲੀ ਅੱਜ ਜਨਾਬ ਆਪਣੇ ਪਾਕਿਸਤਾਨ ਵਾਲੀ ਗਲੀਆਂ ਚ ਫਿਰ ਰਹੇ ਹਾਂ ਜਿਵੇਂ ਪਾਕਿਸਤਾਨ ਟੁੱਟੀਆਂ ਭੱਜੀਆਂ ਗਲੀਆਂ ਹੁੰਦੀਆਂ ਨੇ ਨਾ ਟੁੱਟੇ ਭੱਜੇ ਰੋਡ ਉਹੀ ਨਿਜ਼ਾਮ ਇਸ ਸੜਕ ਦਾ ਕਹਿੰਦੇ ਖੱਡੇ ਪਏ ਕਿਵੇਂ ਇੱਥੇ ਕੋਈ ਬੰਦਾ ਰਿਪੇਅਰ ਰਿਪੇਅਰ ਵੀ ਨਹੀਂ ਕਰਦਾ ਆਹਦੇ ਨੇ ਆਪਣੀ ਮਦਦ ਆਪ ਹੀ ਰਿਪੇਅਰ ਕਰੋ ਇੱਧਰ ਗਿਆ ਸੀ ਮੈਂ ਹੁਣ ਚੱਲਿਆ ਵਾਪਸ ਕਿੰਨੇ ਵੱਡੇ ਵੱਡੇ ਖੱਡੇ ਪਏ ਨੇ ਇਹ ਮੇਨ ਰੋਡ ਇੱਧਰ ਟ੍ਰੈਫਿਕ ਸ਼ਰੈਫਿਕ 'ਤੇ ਆਉਂਦੀ ਜਾਂਦੀ ਰਹਿੰਦੀ ਹੈ ਅਸੀਂ ਜਾਣਾ ਆਪਣੇ ਭਾਈ ਹੋਰਾਂ ਦੇ ਘਰ ਉੱਧਰ ਧੁੱਪ ਤਾਂ ਬੜੀ ਸੋਹਣੀ ਜਿਹੀ ਲੱਗ ਰਹੀ ਹੈ ਪਰ ਇੱਥੇ ਖਲੋਈਏ ਨਾ ਇੱਧਰ ਸਾਡਾ ਹਸਤਾ ਉਹ ਪਿੱਛੇ ਜਿੱਥੇ ਅਸੀਂ ਕੰਮ ਕਰਦੇ ਹਾਂ ਦਿਹਾੜ ਲਾ ਕੇ ਆਉਂਦੇ ਹਾਂ ਪੀਜ਼ੇ ਬਣਾਈਦੇ ਨੇ ਉੱਥੇ ਵਧੀਆ ਜੀ ਟੁੱਟਦੇ ਟੁੱਟਦੇ ਪਹੁੰਚ ਆਏ ਆਪਣੇ ਭਾਈ ਹੋਰਾਂ ਦੇ ਘਰ ਹਾਂ ਜੀ ਇਹ ਸਾਡਾ ਬਿਲਕੁਲ ਇਲਾਕਾ ਪਾਕਿਸਤਾਨ ਵਾਲਾ ਹੀ ਹੈ ਬਿਲਕੁਲ ਸਮਝੋ ਆਪਣਾ ਇੱਕ ਗ੍ਰਾਂ ਇਕੱਠੇ ਖੱਡੇ ਹੀ ਸਾਰੇ ਰਹਿੰਦੇ ਹਾਂ ਟੈਨਸ਼ਨ ਨਹੀਂ ਹੁੰਦੀ ਅਤੇ ਦਿਲ ਕਰੇ ਤਾਂ ਆਪਣੇ ਭਾਈ ਹੋਰਾਂ ਦੇ ਘਰ ਟੁਰ ਜਾਈਦਾ ਅਤੇ ਤੁਹਾਨੂੰ ਪਤਾ ਅਗਰ ਅਸੀਂ ਰਹਿੰਦੇ ਹੁੰਦੇ ਨਾ ਲੰਡਨ ਉੱਥੇ ਘਰ ਬੰਦਾ ਤੁਹਾਨੂੰ ਮਿਲਦਾ ਹੀ ਕੋਈ ਨਹੀਂ ਉੱਥੇ ਮਹਿੰਗਾਈ ਤਾਂ ਨਹੀਂ ਹੈ ਲੋਕ ਖਰਚੇ ਪੂਰੇ ਕਰਨ ਵਾਸਤੇ ਕੰਮ 'ਤੇ ਹੀ ਰਹਿੰਦੇ ਨੇ ਇੱਥੇ ਦੋ ਦਿਨ ਕੰਮ ਨਾ ਵੀ ਕਰੀਏ ਹੋ ਗਿਆ ਜੀ ਛੁੱਟੀ ਦਾ ਦਿਨ ਸੀ ਮੈਂ ਜ਼ਰਾ ਨਾ ਤੋਰਾ ਫੇਰਾ ਲਾਈਏ ਭਾਈ ਹੋਰਾਂ ਦੇ ਘਰੋਂ ਆਈਏ ਕਾਫੀ ਦਿਨ ਹੋਏ ਸੀ ਇੱਧਰ ਗਿਆ ਨੂੰ ਹੁਣ ਨਿਵੇਂ ਨਿਵੇਂ ਹੋ ਗਏ ਘਰ ਇਹ ਵੇਖ ਉਹ ਹੋ ਗਿਆ ਪਤਾ ਨਹੀਂ ਲਾਇਸੈਂਸ ਵੀ ਹੈ ਕਿ ਨਹੀਂ ਹੈ ਪਾਕਿਸਤਾਨ ਵਾਲਾ ਮਾਹੌਲ ਬਣਾ ਦਿੱਤਾ ਇਹਨਾਂ ਜੀ ਸਪੀਡ ਛਿੱਕ ਕੇ ਭਾਵੇਂ ਜਾਂਦੇ ਨਾਲ ਹੀ ਕਿਸੇ ਗੱਡੀ 'ਚ ਵੱਜੇ ਆ ਜੀ ਤਾਂ ਤਾਂ ਐਕਸੀਡੈਂਟ ਹੁੰਦੇ ਨੇ ਆਪਣਾ ਖਿਆਲ ਕਰਨਾ ਨਹੀਂ ਕਰਨਾ ਅਗਲੇ ਦਾ ਵੀ ਨੁਕਸਾਨ ਕਰਨਾ ਹੁਣ ਮੈਂ ਘਰ ਬਣਿਆ ਤਾਂ ਬਹੁਤ ਲੱਗਦਾ ਥੱਲਾ ਕਰਕੇ ਹੁਣੀ ਸ਼ਾਪਿੰਗ ਕਰਕੇ ਆਇਆ ਬਹੁਤ ਸੀ ਲੇਟ ਹੋ ਗਿਆ ਕੰਮ ਐਂ ਲੱਗਦਾ ਹਾਂ ਬਿਲਕੁਲ ਅਸੀਂ ਨਹੀਂ ਖਾਣਾ ਅੱਜ ਅੱਛਾ ਬਹੁਤ ਕਹਿੰਦਾ ਤੁਹਾਨੂੰ ਕਿਹਾ ਸੀ ਨਾ ਉੱਧਰ ਵੀ ਰਹਿ ਖਾਣਾ ਗਿਆ ਤਾਂ ਘਰੋਂ ਵੀ ਖਾਣਾ ਗਿਆ ਅਰੇ ਬੰਦਾ ਬਾਹਰ ਵੀ ਨਾ ਖਾ ਗਿਆ ਫਿਰ ਘਰੋਂ ਵੀ ਲੱਭਦਾ ਹੈ ਜੀ ਚਲੋ ਕੋਈ ਨਹੀਂ ਜਿਹੜਾ ਥੋੜ੍ਹਾ ਬਹੁਤ ਹੋਏਗਾ ਅਤੇ ਬਹੁਤ ਸਪੀਡ ਲਾਉਣ ਲੱਗਾ ਅਤੇ ਕੀ ਬਣਾ ਰਹੇ ਹੋ ਨਥਿੰਗ ਹੈ ਸਮਥਿੰਗ ਯੂ ਡੋਨਟ ਲਾਈਕ ਇਹ ਗੱਲ ਠੀਕ ਹੈ ਕਿ ਫਿਰ ਵੀ ਪ੍ਰੌਨ ਅੱਛਾ ਟਿਊਨਾ ਬਣਾਉਣ ਲੱਗੇ
ਨਹੀਂ ਅੱਗੇ ਖਾਧਾ ਵੀ ਹੈ ਸੀ ਨਾ, ਉਹ ਹੀ ਨਹੀਂ ਅਜੇ ਹਜ਼ਮ ਹੋਇਆ ਤੇ ਹੋਰ ਕੀ ਕਰਨਾ ਖਾ ਕੇ। ਚਲੋ ਤੇ ਬਾਊ ਜੀ ਇਹ ਪਾਰਸਲ ਹੋਣਾ ਹੈ। ਅੱਛਾ ਇਹ ਦੇਖੋ ਜੀ ਸਾਡੇ ਵਾਲੇ ਪਾਰਸਲ ਆਇਆ ਜੀ, ਕੋਈ ਸਿਸਟਰ ਨੇ ਖਜੂਰ ਵਾਲੀ ਤਾਂ ਉਹਨਾਂ ਖਜੂਰਾਂ ਭੇਜੀਆਂ ਨੇ, ਤਾਂ ਖਜੂਰਾਂ ਦੀ ਕੰਪਨੀ ਹੈ ਉਹਨਾਂ ਦੀ, ਅਤੇ ਮਾਸ਼ਾਅੱਲਾ ਜੀ ਬ੍ਰੈਡ ਫੋਰ ਹੁੰਦੀਆਂ ਨੇ ਤਾਂ ਬਣਾਉਂਦੀਆਂ ਨੇ ਵਧੀਆ ਜੀ ਖਜੂਰਾਂ, ਤਾਂ ਕਹਿੰਦੇ ਕੋਈ ਪਾਰਟੀ ਸ਼ਾਰਟੀ ਫੰਕਸ਼ਨ ਵਾਲਾ ਹੋਇਆ, ਕਹਿੰਦੇ ਜੀ ਥੈਂਕ ਯੂ ਫੋਰ ਯੋਰ ਔਡਰ, ਸਾਨੂੰ ਤਾਂ ਗਿਫਟ ਹੀ ਦਿੱਤਾ ਉਹਨਾਂ, ਉਹਨਾਂ ਕਿਹਾ ਜੀ ਦੇਸੀ ਭਾਈ ਅਤੇ ਬੋਸ ਨੂੰ ਦਿਓ ਟਰਾਈ ਕਰਨ। ਮੈਂ ਅਸੀਂ ਖੋਲ ਹੀ ਲਈਏ ਨਾ ਕਿਹੜੀਆਂ ਖਜੂਰਾਂ ਖਜੂਰਾਂ ਨੇ ਜੀ, ਵੇਖ ਕੇ ਤੁਹਾਨੂੰ ਪਤਾ ਲੱਗ ਹੀ ਹੋਣਾ ਕਿਹੜੀ ਕਿਹੜੀ ਖਜੂਰ ਹੈ। ਸੌਂਫ ਵੀ ਪਈ ਹੈ ਲੱਗਦਾ ਇਹਦੇ, ਇਹ ਉਹ ਖਜੂਰ ਨਹੀਂ ਹੈ ਜਿਹੜੀ ਖਜੂਰ ਹੁੰਦੀ ਹੈ, ਉਹ ਖਜੂਰ ਦੀ ਇਹ ਜਿਹੜੀ ਆਪਣੇ ਦੇਸ਼ ਮਿਲਦੀ ਹੈ, ਅਤੇ ਉਹ ਸਿਸਟਰ ਯੂਕੇ ਦੇ ਅੰਦਰ ਹੋਈ ਖਜੂਰ ਨੂੰ ਸਾਨੂੰ ਖਵਾ ਰਹੀਆਂ ਨੇ। ਚਲੋ ਟੇਸਟ ਕਰ ਹੀ ਲੈਂਦੇ ਹਾਂ ਹੈ ਕੀ ਹੋਏ ਜੀ। ਸਭ ਤੋਂ ਪਹਿਲਾਂ ਜੀ ਸਿਸਟਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਵਾਲੇ ਖਜੂਰਾਂ ਭੇਜੇ ਨੇ, ਅਤੇ ਯਕੀਨ ਕਰੋ ਬੜੀ ਵਧੀਆ ਜੀ ਪੈਕਿੰਗ ਹੈ, ਅਤੇ ਅਸੀਂ ਵੀ ਟਰਾਈ ਕਰਾਂਗੇ, ਅਤੇ ਤੁਸੀਂ ਵੀ ਸਿਸਟਰ ਕੋਲ ਔਡਰ ਕਰਕੇ ਟਰਾਈ ਕਰ ਸਕਦੇ ਹੋ। ਸਿਸਟਰ ਮੇਰਾ ਖਿਆਲ ਹੈ ਸਨੈਪਚੈਟ 'ਤੇ ਵੀ ਹੈ ਨੇ, ਅਤੇ ਆਪਣਾ ਇੰਸਟਾਗ੍ਰਾਮ 'ਤੇ ਵੀ ਹੈ ਨੇ ਖਜੂਰ ਵਾਲੀਆਂ ਜੀ, ਦੇਖਣੀਆਂ ਨੇ ਵਧੀਆ ਜੀ ਖਜੂਰਾਂ, ਅਤੇ ਸਿਸਟਰ ਨਾਲ ਰਾਬਤਾ ਕਰੋ। ਬਿਸਮਿਲ੍ਲਾ ਰਹਿਮਾਨ ਰਹੀਮ। ਵਾਹ ਤੁਹਾਡੀ ਫੁੱਫੀ ਬਹੁਤ ਪਸੰਦ ਕਰਦੀਆਂ ਨੇ, ਇਹ ਆਪਣੇ ਦੇਸ਼ ਦਾ ਮੇਵਾ ਜਿਹਾ ਹੈ, ਅਤੇ ਥੈਂਕ ਯੂ ਸਿਸਟਰ ਜੀ, ਤੁਸੀਂ ਆਪਣੇ ਦੇਸ਼ ਦੇ ਮੇਵੇ ਯੂਕੇ ਦੇ ਅੰਦਰ ਖਵਾ ਰਹੇ ਹੋ, ਉਹ ਵੀ ਵਧੀਆ ਨੇ ਮਾਸ਼ਾਅੱਲਾ, ਟੇਸਟ ਬਹੁਤ ਯੂਨੀਕ ਹੈ ਇਹਨਾਂ ਦਾ, ਜਿਹੜੇ ਭੈਣ ਭਰਾ ਖਜੂਰਾਂ ਤਾਂ ਖਾਂਦੇ ਰਹਿੰਦੇ ਹੋਣੇ ਪਾਕਿਸਤਾਨ, ਹੈਂ ਬੰਦੇ ਸ਼ਦਾਈ ਹੁੰਦੇ ਨੇ ਜੀ ਚੀਜ਼ ਯੂਕੇ 'ਚ, ਯੂਕੇ ਦੇ ਅੰਦਰ ਮਿਲੇ ਅਸੀਂ ਵੀ ਖਾਈਏ ਟਰਾਈ ਕਰੀਏ। ਇਹਨਾਂ ਬਹੁਤ ਜੀ ਖਾਓ ਲੈ ਕੇ ਤੁਸੀਂ ਵੀ ਕੱਢ ਕੇ ਹਾਂਜੀ ਭਾਅ ਜੀ, ਈਵਨ ਬੈਟਰ ਵਿਦ ਅ ਕੱਪ ਆਫ ਟੀ, ਕੱਪ ਆਫ ਟੀ ਨਾਲ ਹੋਵੇ ਤਾਂ ਸਵਾਦ ਹੋਰ ਹੀ ਹੋਏਗਾ। ਮੈਂ ਵੇਖੋ ਨਾ ਕੱਢੀ ਸੋਹਣੀ ਜੀ ਮਾਸ਼ਾਅੱਲਾ ਜੀ, ਨਾਲ ਸੌਂਫ ਵੀ ਪਈ ਹੈ ਜੀ, ਹਾਂਜੀ ਬਹੁਤ ਜ਼ਿਆਦਾ ਟੇਸਟ ਹੈ। ਚਲੋ ਬਾਜੀ ਕੰਮ ਕਰੋ, ਸ਼ਾਮ ਨੂੰ ਤੁਹਾਨੂੰ ਨਾ ਫਿਰ ਚਾਹ ਬਣਾ ਕੇ ਤੇ ਨਾਲ ਦਿਆਂਗਾ ਤੁਹਾਨੂੰ, ਠੀਕ ਨਹੀਂ? ਬਣਾ ਦਿੱਤੀ ਬਹੁਤ, ਕਹਿੰਦਾ ਫਿਰ ਮੈਂ ਪੀ ਨਹੀਂ ਚਾਹ, ਜੇ ਅਗਰ ਤੂੰ ਬਣਾ ਕੇ ਦੇਣੀ ਸੀ ਬਾਅਦ ਮੈਂ ਫਿਰ ਟੁੱਟ ਜਾਣਾ, ਹਾਂਜੀ ਹਾਂਜੀ ਦੋ ਕਹਿੰਦੇ ਹੋਣੇ ਫਿਰ ਨਸ ਜਾਂਦਾ ਹੈ, ਅਤੇ ਸੁਬਹਾ ਜਾਣਾ ਜੀ ਫਲੈਟ ਹੈ, ਸੁਬਹਾ ਸਾਜਰੇ ਸਾਜਰੇ ਦੀ, ਅਤੇ 4 ਵਜੇ ਉਠਾ ਦੇਣਾ ਇਹਨਾਂ ਮੈਂ, ਫਲੈਟ ਹੀ ਮਿਸ ਹੋ ਜਾਏਗਾ ਉਸ ਦੀ, ਬਿਲਕੁਲ ਨਮਾਜ਼ ਦਾ ਟਾਈਮ ਹੀ ਉਸ ਟਾਈਮ ਹੀ ਹੋਣਾ, ਅਤੇ ਅੰਕਲ ਸਾਡੇ ਆਉਣਗੇ ਅਤੇ ਉਹਨਾਂ ਨਾਲ ਬਹਿ ਕੇ ਸਾਜਰੇ ਸਾਜਰੇ ਫਿਰ ਫਲੈਟ ਫੜਨੀ, 8:30 ਜੀ ਫਲੈਟ ਹੈ ਤਾਂ ਅਸੀਂ ਪਹੁੰਚਣਾ ਉਸ ਤੋਂ ਪਹਿਲੇ, ਕੀ ਖਿਆਲ ਹੈ ਜੀ? ਬਹੁਤ ਜੀ ਚਲੀਏ, ਤੁਸੀਂ ਵੀ ਜਾਣਾ ਨਾਲ, ਤੁਹਾਨੂੰ ਵੀ ਏਅਰਪੋਰਟ ਲੈ ਚਲਦੇ ਹਾਂ। ਏਅਰਪੋਰਟ ਤੱਕ ਆ ਤੁਸੀਂ? ਬਹੁਤ ਕਹਿੰਦਾ ਮੈਂ ਏਅਰਪੋਰਟ ਵੇਖਿਆ ਫਾਇਦਾ ਕਿਉਂਕਿ ਇਹ ਸੁਬਹਾ ਮੈਂ ਆਪਣੀ ਨੀਂਦਰ ਖਰਾਬ ਕਰਾਂ, ਤੂੰ ਇਕੱਲੀ ਹੋਈ ਜਾ, ਮੈਂ ਵੇਖ ਲਓ ਜੀ ਬਹੁਤ ਏਅਰਪੋਰਟ ਤੱਕ ਵੀ ਨਹੀਂ ਆ ਰਿਹਾ। ਚਲੋ ਕੋਈ ਨਹੀਂ, ਅੱਲਾਹ ਪੁੱਛੇਗਾ ਤੁਹਾਡੇ ਕੋਲੋਂ ਬਹੁਤ, ਬਹੁਤ ਕਹਿੰਦਾ ਜਵਾਬ ਦੇਣ ਵਾਸਤੇ ਮੈਂ ਵੀ ਖਲੋ ਜਾਂਗੀ, ਕੋਈ ਗੱਲ ਨਹੀਂ, ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਸਮਾਨ ਸਮਾਨ ਪੈਕ ਕਰ ਲਿਆ ਉਹਨੇ ਫਿਰ ਬਹੁਤ ਜੀ, ਤੁਸੀਂ ਆਪਣਾ, ਹਾਂਜੀ ਚਲੋ ਮੇਰੇ 2-4 ਕੱਪੜੇ ਪਾ ਦੇਣੇ ਨਾ, ਕੋਈ ਮਸਲਾ ਨਹੀਂ। ਬਹੁਤ ਕਹਿੰਦਾ ਮੇਰੇ ਕੋਲ ਕੱਪੜੇ 2 ਨੇ, ਉਹ ਮੇਰਾ ਮਸਲਾ ਇਹ ਨਾ 4 ਕੱਪੜੇ ਇੱਥੋਂ ਲੈ ਜਾਂਦਾ, 4 ਹੀ ਮੋੜ ਕੇ ਲੈ ਆਉਂਦਾ, ਬਹੁਤ ਮੈਨੂੰ ਕਹਿੰਦਾ ਹੁੰਦਾ ਉਹ ਕੋਈ ਨਵਾਂ ਹੀ ਸਵਾਲ ਹੈ, ਮੈਂ ਬਹੁਤ ਜੀ ਕਿਹੜੇ ਪੁਰਾਣੇ ਹੋਏ ਨੇ ਯੂਕੇ 'ਚ ਕਿਹੜੇ ਤਾਂ ਘਰ ਜਾਂਦੇ ਨੇ, ਅਤੇ ਕੀ ਫਾਇਦਾ ਮੈਂ ਵਕਤ ਹੀ ਪਾਵਾਂਗੇ। ਲਾ ਜੀ ਤਿਆਰ ਹੋ ਗਿਆ ਜੀ, ਮਸਾਲਾ ਤਿਆਰ, ਮੋਰ ਪਤਾ ਨਹੀਂ ਕਿੱਧਰ ਗਈ ਹੈ, ਇੱਧਰ ਅਸੀਂ ਟੋਸਟਰ 'ਚ ਬ੍ਰੈਡ ਰੱਖੀਏ, ਬ੍ਰੈਡ 'ਤੇ ਜਾਏਗਾ ਹੈ, ਅਤੇ ਮੈਂ ਤਾਂ ਖਾਲੀ ਖੁਸ਼ਬੋਈ ਸਿੰਘ ਰਿਹਾ ਦੀ ਚਟਨੀ, ਹੈਲੋ ਹੈਲੋ ਖੁੱਲੀ ਫੋ ਮੈਂਗੋ ਚਟਨੀ ਹੈ ਜੀ, ਆ ਜਾ ਜੀ ਮੱਛੀ ਸੰਘਾੜਾ ਮੱਛੀ, ਇਹਨੂੰ ਕਹਿੰਦੇ ਜੀ ਸੰਘਾੜਾ ਮੱਛੀ ਪਾਕਿਸਤਾਨ ਵਾਲੀ, ਪਰ ਇਹ ਬਲੈਤੀ ਹੋ ਕੇ ਨਾ ਇਹਦੀ ਜ਼ਰਾ ਟੇਸਟ ਡਿਫਰੈਂਟ ਜੀ ਹੋ ਗਈ ਹੈ, ਟਿਊਨਾ ਪੈਕਟ ਸਭ ਆਮ ਖਾਏਗੀ ਸਾਰੀ, ਅੱਛਾ ਅੱਛਾ ਟਿਊਨਾ ਬ੍ਰੈਡ, ਉਹ ਫਲੈਟ ਹੋ ਗਈ ਨਾ ਬੋਸ ਜੀ, ਮੈਂ ਤਾਂ ਸੁਣਿਆ ਸੀ ਬਗੈਟਸ ਨੇ, ਮੈਂ ਕੋਈ ਨਵੀਂ ਸ਼ੇਪ ਦੀ ਤੁਸੀਂ ਲਿਆਂਦੀ ਹੋਣੀ, ਇਹ ਕੋਈ ਦੱਸਣ ਦੀ ਗੱਲ ਹੈ ਬੋਸ ਜੀ, ਬੋਸ ਕਹਿੰਦਾ ਮੈਂ ਸੋ ਸਟਿਊਪਿਡ, ਮੈਂ ਲਿਖਿਆ ਹੋਵੇ ਤਾਂ ਫਿਰ ਦੱਸਣ ਦੀ, ਹਾਂਜੀ ਇਹਦਾ ਮਤਲਬ ਮੇਰੇ ਮੱਥੇ ਸਾਰਾ ਮੈਡਲ ਜਾਏਗਾ, ਸਟਿਊਪਿਡ ਮੈਂ ਆ, ਤੇ ਨਾਲ ਤੁਹਾਨੂੰ ਵੀ ਕਰ ਦਿੱਤਾ, ਮਾੜੀ ਜੀ ਬੇਇੱਜ਼ਤੀ ਨਹੀਂ ਕਰ ਦਿੱਤੀ ਬੋਸ, ਚਲੋ ਕੋਈ ਨਹੀਂ, ਤੁਹਾਡੀ ਕਿੱਥੇ ਹੁੰਦੀ ਹੈ
ਬੰਦਾ ਪੱਕਾ ਹੋ ਜਾਂਦਾ ਜਦ ਬੇਇੱਜ਼ਤੀ ਹੁੰਦੀ ਹੋਵੇ ਬੰਦਾ ਠੀਕ ਹੋ ਜਾ ਫਿਰ ਮਹਿਸੂਸ ਨਹੀਂ ਹੁੰਦੀ ਹਲਕੀ ਹਲਕੀ ਇਹ ਮੈਂ ਆਪਣੀ ਗੱਲ ਕਰ ਰਿਹਾ ਬਾਊ ਜੀ ਤੁਸੀਂ ਆਪਣੇ ਪੇਟੇ ਕਿੱਧਰ ਪਾ ਰਹੇ ਹੋ ਨਹੀਂ ਪਤਾ ਹੋਇਆ ਅੱਛਾ ਤੁਹਾਨੂੰ ਪਤਾ ਹੈ ਉਹ ਕੀ ਬਣਾਉਣ ਦਾ ਟੋਸ ਪੀਸ ਬਾਊ ਜੀ ਟੋਸ ਨਹੀਂ ਛੱਡਦਾ ਇਹ ਠੀਕ ਨੇ ਇਤਨੇ ਚੱਲ ਜੀ ਹੋਰ ਪਾਣੇ ਨੇ ਕਿ ਲੋ ਲੋ ਗਰਮਾ ਗਰਮ ਮੇਰਾ ਹੱਥ ਸੜਨ ਲੱਗਾ ਲਾ ਲਿਓ ਕਰੋ ਗੱਲਾਂ ਗੱਲਾਂ ਮੈਂ ਦੋਸਤ ਰੱਖ ਜੂਰਾ ਹੋਰ ਹੀ ਖਾ ਲਿਆ ਡੱਬਾ ਗਾਇਬ ਨਾ ਹੋਇਆ ਤੇ ਡੱਬਾ ਸਾਫ਼ ਹੋ ਜਾਏਗਾ ਪੋਪੀ ਵੇਖਣ ਤੇ ਰਹਿਣਗੇ ਬਾਈ ਖਜੂਰਾਂ ਲਿਆਂਦੀਆਂ ਸੀ ਤੇ ਗਈਆਂ ਕਿੱਧਰ ਨੇ ਯਕੀਨ ਕਰੋ ਬੜੀ ਸਵਾਦ ਗਈਆਂ ਬਹੁਤ ਹੀ ਅਮਨ ਖਾਲਾ ਨੂੰ ਸ਼ਹਿਰ ਤੇ ਰੱਖ ਦਿੰਦੇ ਡੱਬਾ ਵੀ ਤੇ ਗਈਆਂ ਉਹਨਾਂ ਦੇ ਦੇਣ ਬਹੁ ਜੀ ਇੱਕ ਜਗ੍ਹਾ ਬਚ ਗਈ ਆਪਾਂ ਜੀ ਬਣਾ ਲੈਣੇ ਸੀ ਟਰੇ ਦੇ ਪੂਰੇ ਆ ਜਾਣੇ ਸੀ ਸਾਰੇ ਇੱਕ ਤੁਸੀਂ ਖਾ ਲਿਓ I'm not hungry I'm just gonna have a cup of tea now but ਸਿਰਫ ਚਾਹ that's it I'm not eating ਉਹ ਖਾ ਲੈ ਕੋ ਨਹੀਂ ਹੁੰਦਾ ਡਾਕਟਰ ਮਨਾ ਨਹੀਂ ਕੀਤਾ ਨਹੀਂ ਤੁਹਾਡਾ ਪਾਈਆ ਕ ਵਜ਼ਨ ਵਧਦਾ no what we had at lunch time is not digesting really ਵਾਹ ਜੀ ਵਾਹ ਜੀ ਇਹ ਕਿੰਨੀ ਸੋਹਣੀ ਜੀ ਲੱਗ ਰਹੀ ਹੈ ਪੇਸਟਰੀ ਬਹੁਤ ਨੂੰ ਛੇੜਨ ਵਾਸਤੇ ਮੈਂ ਕੀਤਾ ਨਹੀਂ ਜੀ ਕਿ ਬ੍ਰੈਡ ਹੈ ਇਹ ਟਿਊਨਾ ਬ੍ਰੈਡ ਹੈ ਜੀ ਬਹੁਤ ਮੈਨੂੰ ਅੱਖਾਂ ਕੱਢਦਾ ਇਹ ਪੇਸਟਰੀ ਲੱਗ ਰਹੀ ਹੈ ਤੈਨੂੰ ਸ਼ਕਲ ਗਾਇਬ ਕਰ ਤੇ ਪਹਿਲੀ ਚੀਜ਼ ਪਾ ਦੇਣੀ ਸੀ ਬਾਊ ਜੀ ਹੁਣ ਕਿਉਂ ਅੱਛਾ ਹਾਂਜੀ ਬਾਊ ਜੀ ਕਿਹੜਾ ਇੰਪੋਰਟੈਂਟ ਮੈਸੇਜ ਆ ਗਿਆ ਤੁਹਾਨੂੰ ਇਸ ਟਾਈਮ ਅੱਛਾ ਲਓ ਜੀ ਸਰਵਿਸ ਕਿਚਨ ਸਰਵਿਸ ਸਟਾਰਟ ਹੋ ਗਈ ਹੈ ਜਾਓ ਜੋ ਫੋਨ ਚ ਫੂਡ ਚੱਕੋ ਆਪਣਾ ਬਣਾਓ ਜੀ ਵੇਖ ਲਓ ਜੀ ਫੂਡ ਵੀ ਤਿਆਰ ਹੋ ਗਿਆ ਜੀ ਕਿੰਨਾ ਸੋਹਣਾ ਜਿਹਾ ਲੱਗ ਰਿਹਾ ਪਲੇਟ 'ਚ ਵਾਹ ਨਾਲ ਬਹੁਤ ਹੱਥ ਵੀ ਸਾੜਿਆ ਹੱਥ ਬਚ ਗਿਆ ਬਹੁਤ ਜੀ ਲਓ ਜੀ ਅਸੀਂ ਘਰੋਂ ਬਾਹਰ ਤੋਂ ਨਿਕਲ ਆਏ ਫਲਾਈਟ ਅਜੇ ਏਡੀ ਦੂਰ ਨਹੀਂ ਹੈ ਨਜ਼ਦੀਕ ਹੀ ਰਹਿ ਗਈ ਹੈ ਅਤੇ ਸੂਰਜ ਵੀ ਚਮਕ ਰਿਹਾ ਸਾਹਮਣੇ ਸਾਡੇ ਨਾਲ ਡਰਾਈਵਰ ਚਾਚਾ ਹੋਰੀ ਨੇ ਨਾਲ ਹਾਂਜੀ ਚਾਚਾ ਜੀ ਫਲਾਈਟ ਟਾਈਮ ਸਿਰ ਹੈ ਬਿਲਕੁਲ ਟਾਈਮ ਤੇ ਜੀ ਹਾਂਜੀ ਬਿਲਕੁਲ ਪਹੁੰਚ ਜਾਵਾਂਗੇ ਚਾਚਾ ਪਹੁੰਚ ਜਾਵਾਂਗੇ ਟਾਈਮ ਸਿਰ ਬਿਲਕੁਲ ਪਹੁੰਚ ਜਾਵਾਂਗੇ ਲੇਟ ਤਾਂ ਨਹੀਂ ਹੋਵਾਂਗੇ ਬਿਲਕੁਲ ਨਹੀਂ ਹੋਵਾਂਗੇ ਚਾਚਾ ਕਹਿੰਦੇ ਜੀ ਟਾਈਮ ਸਿਰ ਅਸੀਂ ਪਹੁੰਚ ਹੀ ਜਾਵਾਂਗੇ ਫਲਾਈਟ ਟਾਈਮ ਸਿਰ ਹੀ ਹੈ ਇਹ ਵੇਖੋ ਨਾ ਜੀ ਯੂਕੇ ਦੇ ਟ੍ਰੈਫਿਕ ਟਾਈਮ ਹੋ ਗਿਆ ਅਸੀਂ ਜਿਹੜੇ ਨਿਕਲੇ ਸੀ ਹਨੇਰਾ ਸੀ ਤੇ ਹੁਣ ਤੇ ਮਾੜਾ ਮਾੜਾ ਸੂਰਜ ਵੀ ਸਾਹਮਣੇ ਆ ਗਿਆ ਸੂਰਜ ਵੀ ਚਮਕ ਰਿਹਾ ਕਿਵੇਂ ਸੋਣਾ ਜਾਏ ਜੀ ਵਾਹ ਪਹੁੰਚ ਆਇਆ ਜੀ ਟਰਮੀਨਲ 2 ਤੇ ਚਾਚਾ ਔਰ ਗੱਡੀ ਫੇਰ ਫਰਾ ਕੇ ਲੈ ਹੀ ਆਏ ਨੇ ਚਾਚਾ ਜੀ ਇਹ ਵੇਖੋ ਨਾ ਡਰਾਈਵਰ ਸਾਡੇ ਚਾਚਾ ਜੀ ਪੱਕੇ ਨੇ ਲਓ ਜੀ ਵੇਖ ਲਓ ਜੀ ਜਹਾਜ਼ ਸਾਹਮਣੇ ਖਲੋਤੇ ਨੇ ਜੀ ਲੈਣ ਲੈਣ ਲੱਗੇ ਨੇ ਸਾਰੇ ਇੱਧਰ ਲੈਫਟ 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 ਰਾਉਂਡ ਰਾਉਂਡ ਲਓ ਜੀ ਸਟੋਰੀ ਕਾਰ ਪਾਰ ਲਓ ਜੀ ਟਰਮੀਨਲ 2 ਆ ਗਿਆ ਵੇਖ ਲਓ ਜੀ ਬੈਗ ਵੀ ਸਾਡੇ ਕੋਲ ਹੈ ਚਾਚਾ ਸਾਡਾ ਅੱਗੇ ਹੀ ਅੱਗੇ ਨੱਸਦਾ ਜਾ ਰਿਹਾ ਅਸੀਂ ਆ ਤਾਂ ਗਏ ਹਾਂ ਟਰਮੀਨਲ 'ਤੇ ਅਤੇ ਅਜੇ ਰਸ਼ ਇਤਨਾ ਜ਼ਿਆਦਾ ਨਹੀਂ ਹੋਇਆ ਸਾਜਰੇ ਸਾਜਰੇ ਆ ਗਏ ਹਾਂ ਟਾਈਮ ਸਿਰ ਨਹੀਂ ਤਾਂ ਰਸ਼ ਤੁਹਾਨੂੰ ਪਤਾ ਇੱਥੇ ਕਾਫੀ ਹੋ ਜਾਂਦਾ ਚਾਚਾ ਸਾਡਾ ਗਿਆ ਜੀ ਚਾਚਾ ਕਹਿੰਦਾ ਜੀ ਕਾਫੀ ਪੁੱਲ ਪਿਲਾਉਂਦੇ ਆ ਤੈਨੂੰ ਮੈਂ ਕਾਫੀ ਪੀਣੀ ਪਾਉਣੀ ਤੂੰ ਆਪਣੇ ਵਾਸਤੇ ਕੱਢ ਲੈ ਆਹਦਾ ਮੇਰੀ ਤਾਂ ਅਜੇ ਅੱਖਾਂ ਵੀ ਨਹੀਂ ਖੁੱਲ ਰਹੀਆਂ ਵੇਖ ਸਕਦੇ ਜੀ ਮੈਨਚੈਸਟਰ ਏਅਰਪੋਰਟ ਡਿਪਾਰਚਰ ਸਾਡੇ ਪਿੱਛੇ ਹੀ ਹੈ ਕੀ ਖਿਆਲ ਹੈ ਏਅਰਪੋਰਟ ਇਹਨਾਂ ਕਰ ਦਿੱਤਾ ਬਹੁਤ ਵੱਡਾ ਪਹਿਲੇ ਛੋਟਾ ਜਿਹਾ ਏਅਰਪੋਰਟ ਹੁੰਦਾ ਸੀ ਹੁਣ ਬੜਾ ਮਸਲਾ ਹੋ ਗਿਆ ਅਤੇ ਆਪਣੇ ਆਪਣੇ ਗੇਟ ਲੱਭਣ ਵਾਸਤੇ ਥੋੜ੍ਹਾ ਰੌਲਾ ਲਾਓ ਜੀ ਇਤਿਹਾਦ ਲੱਗ ਗਏ ਜੀ ਇਤਿਹਾਦ ਅਤੇ ਟਰੈਵਲ ਹੋਏਗਾ ਅਤੇ ਸੁਬਹਾ ਦਾ ਸੂਰਜ ਵੀ ਚਮਕ ਰਿਹਾ ਅਤੇ ਇਤਿਹਾਦ 'ਚ ਕਿਊ ਵੀ ਲੱਗਾ ਅਤੇ ਅਸੀਂ ਕਰ ਰਹੇ ਹਾਂ ਇੰਤਜ਼ਾਰ ਮੈਂ ਥੋੜ੍ਹਾ ਕਿਊ ਘੱਟ ਹੋਵੇ ਨਾ ਫਿਰ ਲੈਣ 'ਚ ਲੱਗੀ ਇੱਥੇ ਜੀ ਐਂਡ ਲੈ ਕੇ ਸਾਡੇ ਕੋਲ ਹੀ ਹੈ ਅਤੇ ਹੁਣ ਕਿਊ 'ਚ ਅਸੀਂ ਲੱਗ ਹੀ ਜਾਂਦੇ ਹਾਂ ਨਾ ਕੀ ਖਿਆਲ ਹੈ ਅਤੇ ਮਾਸ਼ਾਅੱਲਾ ਇੱਕ ਸਾਨੂੰ ਭਾਈ ਮਿਲ ਗਏ ਸੀ ਅਤੇ ਉਹ ਜਾ ਰਹੇ ਸੀ ਉਮਰਾ ਕਰਨ ਅਤੇ ਭਾਈ ਜੀ ਤੁਸੀਂ ਕਿੱਥੇ ਮੈਂ ਅਸੀਂ ਬਸ ਚੱਲੇ ਹਾਂ ਕਿਧਰੇ ਨਾ ਕਿਧਰੇ ਕੀ ਖਿਆਲ ਹੈ ਅਤੇ ਭਾਈ ਜੀ ਤੁਹਾਡੀ ਵੀਡੀਓ ਵੇਖਦੇ ਹਾਂ ਪਸੰਦ ਕਰਦੇ ਹਾਂ ਮੈਂ ਤੁਹਾਡੀ ਪਿਆਰ ਮੁਹੱਬਤ ਹੈ ਅਤੇ ਉਮਰਾ ਕਰਨ ਜਾ ਰਹੇ ਮੈਂ ਅੱਲਾਹ ਤਾਲਾ ਤੁਹਾਨੂੰ ਖੈਰ ਖਰੀ ਨਾਲ ਲੈ ਕੇ ਜਾਏ ਜਨਾਬ ਅਤੇ ਸਾਡੇ ਵਾਸਤੇ ਵੀ ਦੁਆ ਕਰ ਜੈੱਟ 2 ਵਾਲਿਆਂ ਦੀ ਫਲਾਈਟ ਹੈ ਜੀ ਜੈੱਟ 2 ਵਾਲਿਆਂ ਦੀ ਫਲਾਈਟ ਇੱਧਰ ਜਾ ਰਹੀ ਹੈ ਇੱਧਰ ਆਪਣੇ ਕਿਊ ਜੀ ਲੱਗੇ ਨੇ ਉੱਧਰ ਸਾਡੀ ਫਲਾਈਟ ਦਾ ਵੀ ਟਾਈਮ ਨਜ਼ਦੀਕ ਹੀ ਹੋ ਗਿਆ ਮੈਂ ਜ਼ਰਾ ਨਾ ਟੁਰ ਫਿਰ ਕੇ ਮੇਲਾ ਵੇਖ ਲਈਏ ਨਾ ਏਅਰਪੋਰਟ ਦਾ ਆਪਣੇ ਟਿਕਾਣੇ 'ਤੇ ਚੱਲਦੇ ਹਾਂ ਜੀ ਪੂਰਾ ਏਅਰਪੋਰਟ ਦਾ ਚੱਕਰ ਲਾ ਲਿਆ ਮੈਂ ਹੈ ਨਾ ਟਾਈਮ ਹੈ ਜੀ ਫਿਰ ਫੁਰ ਲਈਏ ਆਪਣੀ ਆਪਣੀ ਫਲਾਈ ਲਓ ਜੀ ਇੱਕ ਹੋਰ ਜਹਾਜ਼ ਵਾਲੇ ਆ ਰਹੀ ਹੈ ਵਾਹਵਾਂ ਵੀ ਜਾ ਰਹੀ ਹੈ ਆਪਣੇ ਏਅਰ ਹੋਸਟਰ ਦਾ ਜੀ ਇਹ ਆਪਣੀ ਆਪਣੀ ਮੰਜ਼ਿਲ ਨੂੰ ਜਾਣਗੀਆਂ ਜੀ ਸਾਡੀ ਫਲਾਈਟ ਵਾਲੇ ਨਹੀਂ ਸਾਡੀ ਫਲਾਈਟ ਵਾਲਾ ਹਮਲਾ ਕੋਈ ਹੋਰ ਹੀ ਹੋਏਗਾ ਇਹ ਉਹ
ਵਧੀਆ ਇਲਾਕਾ ਤੇ ਸਾਰੀ ਆਵਾਮ ਇੱਥੇ ਗੁਜ਼ਰ ਕੇ ਜਾਏਗੀ ਆ ਡਿਪਾਰਚਰ ਇੱਥੋਂ ਜਾਣਗੇ ਅੱਗੇ ਸਿਕਿਉਰਿਟੀ ਚੈੱਕ ਹੋਏਗੀ ਸਾਰੀ ਲਓ ਜੀ ਅਸੀਂ ਹੁਣ ਕਲੀਅਰ ਹੋ ਗਿਆ ਸਾਰਾ ਕੁਝ ਚਾਹੀਦਾ ਜੀ ਬੜਾ ਸਮਾਨ ਸੀ ਯਾਰ ਬਹੁਤ ਸਮਾਨ ਸੀ ਨਾ ਓਏ ਹੋਏ ਰਸ਼ ਵੀ ਕਾਫੀ ਸੀ ਤੇ ਫਲਾਈਟ ਥੋੜੀ ਟਾਈਮ ਰਹਿ ਗਿਆ ਤਕਰੀਬਨ ਹੈ ਜੀ ਮਗਰੂਲੈਂਡ ਥੋੜਾ ਰਹਿ ਗਿਆ ਬਿਲਕੁਲ ਅੱਧਾ ਘੰਟਾ ਹੀ ਆ ਅੱਧਾ ਘੰਟਾ ਬਿਲਕੁਲ ਚਾਚਾ ਆ ਜੀ ਜਲਦੀ ਜਲਦੀ ਮਗਰੂ ਲੈ ਜਾਗੇ ਆਹ ਸੂਟਾ ਲਾ ਲਈਏ ਨਾ ਬੂਟੀ ਤੇ ਬਾਚਾ ਚਲਾਣੀ ਹੁੰਦੀ ਹੈ ਨਾ ਕੀ ਗਿਆ ਲੈ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ ਇਹ ਬੂਟੀ ਹੋਈ ਨਾ ਦਵਾਈ ਹੋਈ ਨਾ ਹੋਰ ਕੀ ਹੋਇਆ ਦਵਾਈ ਹੈ ਪਾਕਿਸਤਾਨ ਵਾਲੀ ਬੂਟੀ ਹੋਈ ਹੈ ਚਾਚਾ ਕਹਿੰਦਾ ਜੀ ਉਹ ਚਾਚਾ ਇਧਰ ਬਾਹਰ ਨਿਕਲਣਾ ਆ ਜਾ ਆਟੋਮੈਟਿਕ ਠੀਕ ਹੈ ਚਾਚਾ ਠੀਕ ਹੈ ਜੀ ਅੱਲਾ ਦੇ ਵਾਲੇ ਜ਼ਿੰਦਗੀ ਰਹੀ ਫਿਰ ਮੁਲਾਕਾਤ ਹੋ ਸੀ ਇਨਸ਼ਾਅੱਲਾ ਖੈਰੀ ਹੋ ਤੇ ਖੈਰੀ ਜਾਈਏ ਕੀ ਖਿਆਲ ਹੈ ਜੀ ਇਨਸ਼ਾਅੱਲਾ ਜੀ ਇਨਸ਼ਾਅੱਲਾ ਆ ਬਿਲਕੁਲ ਜੀ ਤੇ ਜ਼ਿੰਦਗੀ ਦਾ ਕੋਈ ਪਤਾ ਨਹੀਂ ਕੀ ਪਤਾ ਫਿਰ ਮੁਲਾਕਾਤ ਹੋਵੇ ਨਾ ਹੋਵੇ ਅੱਲਾ ਬਿਹਤਰ ਅੱਛਾ ਦਾ ਜੀ ਅੱਲਾ ਬਿਹਤਰ ਕਰੇ ਅੱਲਾ ਤਾਲਾ ਦਾ ਬਿਹਤਰੀ ਤੇ ਸੜਕ ਤੇ ਮੈਂ ਜਾ ਰਿਹਾ ਸੀ ਇੱਕ ਹੋਰ ਭਾਈ ਮਿਲ ਕੇ ਨੇ ਅਸਲਾਮ ਅਲੈਕਮ ਭਾਈ ਜਾਨ ਵਾਲੇਕ ਸਲਾਮ ਜੀ ਕੀ ਹਾਲ ਹੈ ਠੀਕ ਹੋ ਠੀਕ ਠਾਕ ਅਲਹਮਦੁਲਿਲਾ ਤੁਸੀਂ ਸੁਣਾਓ ਜਨਾਬ ਬਸ ਠੀਕ ਠਾਕ ਜੀ ਮੈਂ ਤੁਸੀਂ ਤੱਕੋ ਕਿਸਾ ਪਛਾਣਿੰਦਾ ਹੈ ਅੱਛਾ ਹਾਂ ਤੋ ਹਾਲ ਹਾਲ ਤੱਕ ਹੀ ਦਿਸਣਾ ਕੋਲ ਸੀ ਅੱਛਾ ਉਹ ਭਾਈ ਅਰੂ ਹੈ ਜਿਹੜੇ ਉਹੀ ਬੰਦੇ ਜਿਹੜੇ ਭਾਈ ਭਾਈ ਜੱਟ ਜਿਹੜੇ YouTube ਤੇ ਆਉਂਦੇ ਨੇ ਜੀ ਬੰਦੇ ਜਿਹੜਾ ਤਾਂ ਆਪਣਾ ਕੀ ਨਾਮ ਸੁਣੋ ਬਨੀਤ ਤੇ ਪਾਕਿਸਤਾਨ ਪਾਕਿਸਤਾਨ ਜਿਹੜਾ ਮੀਰਪੁਰ ਜਾਨ ਮੀਰਪੁਰ ਕਿਹੜੀ ਜਗ੍ਹਾ ਖਾਸ ਮੀਰਪੁਰ ਜਾਂ ਨਾ ਨਾ ਇਹ ਜਿਹੜਾ ਰੋਸ ਹੋ ਰਿਹਾ ਜਿਹੜਾ ਨਥਿਆ ਵਾਲੇ ਪਾਸੇ ਜਾ ਨਥਿਆ ਫਿਰਿਆ ਮੈਂ ਸਾਰੇ ਹੀ ਆ ਤੇ ਹੁਣ ਯਾਦ ਘੱਟ ਘੱਟ ਹੈ ਸਾਰੇ ਆਪਣੇ ਇਲਾਕੇ ਨਾਲ ਤੇ ਜੀ ਆਲਾ ਜੀ ਆ ਤਾਂ ਅੱਜ ਮਾਸ਼ਾਅੱਲਾ ਮੌਸਮ ਸੋਹਣਾ ਨਹੀਂ ਉਹ ਸੋਹਣਾ ਮੌਸਮ ਅੱਜ ਫਿਰਨੇ ਦਾ ਜੜਾ ਨਾ ਹਾਂ ਜੀ ਅੱਜ ਸੋਹਣਾ ਮੌਸਮ ਹੈ ਸੇ ਜੜਾ ਅੱਜ ਸਵੇਰ ਏਅਰਪੋਰਟ ਗਿਆ ਜੀ ਦਿਲ ਕੀਤਾ ਉੱਥੇ ਟਿਕਟ ਕਰੈਕਟ ਹੋ ਜੀ ਆਪਾਂ ਨਹੀਂ ਜਾਣਾ ਹਾਂ ਜੀ ਉਹ ਤੇ ਹਿਸਾਬ ਨਹੀਂ ਮੇਰਾ ਮੋਰੀ ਗਾਇਆ ਹਾਂ ਤੋ ਚਾਚੇ ਹੋਰੀ ਛੋੜਨ ਗਿਆ ਫਿਰ ਦਿਲ ਤਾਂ ਕਰ ਜਾਣਾ ਉਹ ਤਾਂ ਫਿਰ ਜਿੱਲੇ ਜਾਉ ਉਥੇ ਵਾਪਸ ਨਹੀਂ ਦੇ ਲੈਣਾ ਆਹੀਂ ਨੱਥੇ ਜਿਆਦਾ ਬਿਆਹ ਤੇ ਲੋ ਜਾਣਾ ਤੇ ਦਿਲ ਕਰਦਾ ਐਂ ਜੀ ਨਾ ਜਾਣ ਦੇਣ ਦਰਵਾਜ਼ਾ ਖੋਲਣ ਤੇ ਸਿੱਧੇ ਪਰਲੀ ਸਾਈਡ ਤੇ ਮਾਸ਼ਾਅੱਲਾ ਅੱਜ ਵੇਖ ਲਾ ਜੀ ਭਾਈ ਹੋਰਾਂ ਨਾਲ ਮੁਲਾਕਾਤ ਹੋਈ ਤੇ ਮੈਂ ਜਾ ਰਿਹਾ ਸੀ ਟੌਨ ਤੇ ਭਾਈ ਹੋਰ ਮਿਲ ਗਿਆ ਤੇ ਭਾਈ ਤੁਸੀਂ ਹੋਈ ਨਹੀਂ ਮੈਂ ਲੱਗਦਾ ਤੇ ਮੈਂ ਹੋਈ ਆ ਆਦਾ ਪਛਾਣ ਨਹੀਂ ਮੈਂ ਹੋਰੀ ਦਾ ਕੋਈ ਹੋਵੇ ਤਾਂ ਆਖਣਾ ਮੈਂ ਕਈ ਵਾਰੀ ਕਹਿ ਦਿੰਦਾ ਭਾਈ ਜੀ ਮੈਂ ਤੇ ਨਹੀਂ ਹੋ ਉਹ ਕਹਿੰਦੇ ਉਹ ਤੁਸੀਂ ਲੱਗਦੇ ਉਹਦੇ ਵਾਲੀ ਹੋ ਮਾਸ਼ਾਅੱਲਾ ਹੋਰ ਸੁਣਾਓ ਫਿਰ ਕਿੱਧਰ ਜਾ ਰਹੇ ਹੋ ਇਧਰ ਬਸ ਮੈਂ ਗੱਡੀ ਠੀਕ ਕਰਾਣੀ ਸੀ ਤਾਂ ਉਹ ਸੀ ਦਿੱਤੀ ਹੈ ਮਕੈਨਿਕ ਅੱਛਾ ਅੱਛਾ ਇਹਦਾ ਮਤਲਬ ਫਿਰ ਖਰਚਾ ਕਰ ਰਹੇ ਹੋ ਗੱਡੀ ਦਾ ਆ ਰਿਹਾ ਜਾ ਰਹਾ ਨਾ ਉਹ ਤਾਂ ਫਿਰ ਉਹਦਾ ਦੇਰੀ ਗੱਲ ਹੈ ਫਿਰ ਚਲਾਣੀ ਜਾ ਖਰਚਾ ਤਾਂ ਕਰਨਾ ਪੈ ਸੀ ਨਾ ਜੀ ਟਾਊਨ ਪਹੁੰਚ ਗਿਆ ਤੁਸੀਂ ਵੀ ਕਹਿੰਦੇ ਹੋਣੇ ਦੇਸੀ ਭਰਾ ਫਿਰ ਪਾਕਿਸਤਾਨ ਚੱਲਣਾ ਪਤਾ ਨਹੀਂ ਨੋਟ ਕਿੱਥੋਂ ਲਿਆਂਦਾ ਸਾਰੇ ਕਿੱਥੇ ਭਰਾ ਪਾਕਿਸਤਾਨ ਜਾਣਾ ਕਿਹੜਾ ਸੌਖਾ ਕੰਮ ਹੁੰਦਾ ਅੰਕਲ ਨੂੰ ਛੋੜਨ ਗਿਆ ਸੀ ਦਿਲ ਤਾਂ ਕਰਦਾ ਸੀ ਟੁਰ ਜਾਈਏ ਪਰ ਹਾਲਾਤ ਇਜਾਜ਼ਤ ਨਹੀਂ ਦਿੰਦੇ ਨੋਟ ਵਾਹ ਵਾਹ ਚਾਹੀਦੇ ਨੇ ਪਾਕਿਸਤਾਨ ਜਾਣ ਵਾਸਤੇ ਪਹਿਲੇ ਟਿਕਟ ਦਾ ਖਰਚਾ ਕਰੋ ਫਿਰ ਉੱਥੇ ਦਾ ਖਰਚਾ ਕਰੋ ਮਜਬੂਰੀ ਹੋਵੇ ਫਿਰ ਤੁਹਾਨੂੰ ਪਤਾ ਜਾਣਾ ਪੈਂਦਾ ਔਖਾ ਸੌਖਾ ਕਰਕੇ ਤੇ ਉਹਨਾਂ ਨੇ ਛੱਡਣ ਗਿਆ ਸੀ ਤਾਂ ਉਹ ਗਏ ਨੇ ਪਾਕਿਸਤਾਨ ਈਦ ਸ਼ੀਦ ਉੱਥੇ ਕਰਨੀ ਉਹਨਾਂ ਕਹਿੰਦੇ ਸੀ ਆ ਤੂੰ ਵੀ ਚੱਲ ਚੱਲੀਏ ਪਾਕਿਸਤਾਨ ਮੈਂ ਕਿਹਾ ਅੰਦਰੋਂ ਸੋਚਿਆ ਹੁਣ ਦਿਲ ਤਾਂ ਕਰ ਰਿਹਾ ਹੁਣ ਕੀ ਕਰੀਏ ਜਾ ਤਾਂ ਨਹੀਂ ਸਕਦੇ ਨਾ ਅਸੀਂ ਇੱਥੇ ਹੀ ਹਾਂ ਜਨਾਬ ਜਿਲ੍ਹੇ ਉਹ ਕਹਿੰਦੇ ਟਾਈਮ ਆਏਗਾ ਤਾਂ ਅਸੀਂ ਵੀ ਟੁਰ ਜਾਵਾਂਗੇ ਪਾਕਿਸਤਾਨ ਕੀ ਖਿਆਲ ਹੈ ਤੇ ਫਿਲਹਾਲ ਤੇ ਟੌਨ ਅਸੀਂ ਟੋਰਾ ਫੇਰਾ ਲਾਣਾ ਮੈਂ ਮੌਸਮ ਚੰਗਾ ਚੱਲਦੇ ਆ ਟੌਨ ਦਾ ਰੋਇਰ ਮੇਗਨ ਮਾਸ਼ਾਅੱਲਾ ਤੁਸੀਂ ਸਾਨੂੰ ਸੱਚੀ ਨਾ ਕਹਿਣਾ ਆਪਣੇ ਯੂਟਿਊਬ ਬਹੁਤ ਸ਼ੁਕਰੀਆ ਜਨਾਬ ਬਹੁਤ ਜ਼ਬਰਦਸਤ ਮਾਸ਼ਾਅੱਲਾ ਜਿਹੜਾ ਨਾ ਮਾਦਾ ਕੋਸ਼ਿਸ਼ ਹੈ ਮਾੜੀ ਜੀ ਅੱਲਾਹ ਤਾਲਾ ਮਾਸ਼ਾਅੱਲਾ ਪਾਕਿਸਤਾਨ ਦੀ ਵੀ ਤੁਸੀਂ ਵੀਡੀਓ ਤੱਕ ਨਹੀਂ ਆ ਅੱਛਾ ਬਹੁਤ ਜ਼ਬਰਦਸਤ ਤਾਂ ਆਪਣਾ ਕਹਿਣਾ ਸੁਣੋ ਜਨਾਬ ਨਜ਼ਾਕਤ ਕਿਆਨੀ ਨਾਮ ਹੈ ਅੱਛਾ ਤੇ ਆਪ ਸਮਝੋ ਤਾਂ ਰਜਾ ਠੀਕ ਠੀਕ ਪਾਕਿਸਤਾਨ मच्छी वेच रहे वधिया जी पर असीं मच्छी लैणी कोई नहीं फायदा कोई नहीं जाण वास्ते उधर कोई ना कोई अपना मिल ही जांदा आंदे जांदे जवान लगा बजान कोई चीज है ना चंदा देंदे जांदे नाल चंदा भी इकट्ठा कर रहे ना चलो एक अद चंदा दे दे एडी बैंड जे कर रहे की ख्याल है जी आवाज पूरे टाउन तक जाती है ਸੌ ਲਾ ਕੇ ਵੇਖ ਲਓ ਜੀ ਚਾਰਜ ਵਾਸਤੇ ਤਿਆਰੀਆਂ ਹੋ ਰਹੀਆਂ ਨੇ ਸਕਰੀਨ ਲਾਉਣਗੇ ਇੱਥੇ ਅਤੇ ਮੰਡੇ ਨੂੰ ਲੋਕ ਆ ਕੇ ਵੇਖਣਗੇ ਚੰਡੇ ਛੰਡੇ ਤਾਂ ਲਾ ਦਿੱਤੇ ਨੇ ਉੱਧਰ ਧੁੱਪ ਲੱਗ ਰਹੀ ਨਜ਼ਰ ਆਵੇ ਨਾ ਆਵੇ ਤੁਹਾਨੂੰ ਹੈ ਜੀ ਉਹ ਦੂਰ ਦੂਰ ਤੱਕ ਇੱਥੇ ਰਸ਼ ਬੜਾ ਹੋਣਾ ਹੈ ਜੀ ਪ੍ਰੋਗਰਾਮ ਸੈੱਟ ਕਰ ਰਹੇ ਨੇ ਸਪੈਸ਼ਲ ਇਹ ਇਲਾਕਾ ਬੜਾ ਖੂਬਸੂਰਤ ਹੈ ਜੀ ਸਾਰੀ ਦੁਨੀਆ ਇੱਥੇ ਆਉਂਦੀ ਟਾਊਨ 'ਚ ਫਿਰ ਫਰਾ ਕੇ ਨਾ ਖਾਣ ਪੀਣ ਵਾਸਤੇ ਇੱਥੇ ਬਹਿ ਜਾਂਦੇ ਨੇ ਧੁੱਪ ਛੁੱਪ ਲਵਾਉਂਦੇ ਇਹਨਾਂ ਨੇ ਖਾਂਦੇ ਪੀਂਦੇ ਨੇ ਅਗਰ ਧੁੱਪ ਗਲਤੀ ਨਾਲ ਨਿਕਲ ਆਏ ਤਾਂ ਤੇ ਪ੍ਰੋਗਰਾਮ ਹੋਏਗਾ ਤੇ ਸਕਰੀਨ ਲੱਗੇਗੀ ਤੇ ਪੂਰਾ ਹਾਲ ਭਰਿਆ ਹੋਏਗਾ ਫੁੱਲ ਬੰਦਿਆਂ ਦੇ ਨਾਲ।
ਫਿਰ ਭਰਾ ਕੇ ਟੋਲ ਤੋਂ ਆ ਹੀ ਗਿਆ। ਤੁਸੀਂ ਤਾਂ ਕਹਿੰਦੇ ਹੋਣੇ ਬੌਸ ਇਕੱਲੇ ਹੀ ਹੋਣਾ ਕਿਚਨ ਦੇ ਅੰਦਰ, ਦੇਸੀ ਪਾਕਿਸਤਾਨ ਟੁਰ ਕੇ ਆਉਣਾ ਹੈ ਬੌਸ ਜੀ। ਗਿਆ ਤੇ ਆਸੀ ਸੁਭਾ ਤੇ ਉਹਨਾਂ ਮੈਨੂੰ ਜਾਣ ਨਹੀਂ ਦਿੱਤਾ ਬੌਸ ਜੀ। मिन्नत करदा बॉस दी, बॉस जी चल तेन लै चलदे पाकिस्तान, ਫੇਰਾ ਟੋਰੇ ਲਵਾ ਕੇ ਲੈਂਦੇ ਆ ਬੌਸ। ਦੇਖੀ ਤਾਂ ਮੇਥੀ ਕਰਦੇ ਆ ਸਭ ਖਾਂਦੇ ਆ ਬੌਸ ਦਾ ਸਿਰ ਆਫ ਕੈਮਰਾ। ਬੌਸ ਜੀ ਨਿੰਬੂ ਸ਼ਿੰਬੂ ਵੀ ਨਾਲ ਰੱਖੇ ਨੇ, ਬਹੁਤ ਕੁਝ ਮਸਾਲਾ ਮਸੂਲਾ ਲਾ ਕੇ ਰੱਖਿਆ ਜ਼ਿੰਦਗੀ ਰਹੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਚਾਚਾ ਸਾਡਾ ਪਾਕਿਸਤਾਨ ਪਹੁੰਚ ਹੀ ਗਿਆ ਹੋਣਾ, ਇੰਜੋਏ ਕਰਦਾ ਕਰਦਾ ਯਾਰ। ਚਾਚਾ ਬੜਾ ਖੁਸ਼ ਸੀ, ਮੈਂ ਬੜਾ ਉਦਾਸ ਸੀ। ਚਾਚਾ ਕਹਿੰਦਾ ਆ ਜਾ, ਮੈਂ ਚਾਚਾ ਹੁਣ ਤੂੰ ਕਹਿਣ ਜੋਗੇ ਨਾ ਮੇਰੇ ਕੋਲ ਟਿਕਟ ਕੋਈ ਨਹੀਂ ਤਾਂ ਮੈਂ ਮੇਰੀ ਵਾਰੀ ਸਹੀ ਤੇ ਸਾਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼।